ਪ੍ਰਭੂ ਦੇ ਘਰ ਵਿੱਚ ਆਉਣ ਨਾਲ ਪਰਮੇਸ਼ਰ ਨੇ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਪੂਰੀ ਕਰ ਦਿੱਤੀ ਦਾ ਹਾਲੇਲੂਯਾ 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 ਇਹਨਾਂ ਨੇ ਆਪਣੇ ਜੀਵਨ ਪ੍ਰਭੂ ਨੂੰ ਦਿੱਤਾ ਤੋਬਾ ਕੀਤੀ ਹੈ ਬਪਤਿਸਮਾ ਲਿਆ ਅੱਜ ਇਹਨਾਂ ਦੀ 102 ਸਾਲ ਉਮਰ ਹੋ ਗਈ ਆ ਕਿੰਨੀ ਭਲਾ 102 ਸਾਲ 1920 ਸਾਲ ਦਾ ਇਹਨਾਂ ਦਾ ਜਨਮ ਹੋਇਆ ਇਹਨਾਂ ਨੂੰ ਕੋਈ ਸ਼ੂਗਰ ਨਹੀਂ ਆ ਕੋਈ ਗੰਠੀਆ ਨਹੀਂ ਆ ਕੋਈ ਰੋਸ਼ਨੀ ਘੱਟ ਨਹੀਂ ਆ ਕੋਈ ਸਿਰ ਦੇ ਸੈੱਲ ਘੱਟ ਨਹੀਂ ਆ ਇਹ ਘਰ ਦਾ ਕੰਮ ਜਿਹੜਾ ਵਾ ਪੂਰਾ ਆਪਣੀ ਪੈਲੀ ਬੰਨੇ ਦਾ ਡੰਗਰਾਂ ਦੀ ਜਿਹੜੀ ਸੇਵਾ ਵਾ ਇਹ ਪੂਰੀ ਸ਼ਕਤੀ ਨਾਲ ਬਲ ਨਾਲ ਕਰਦੇ ਨੇ ਨੇਤਨੇ ਵੀ ਬੜੀ ਰੀਝ ਨਾਲ ਕਰਦੇ ਨੇ ਅਤੇ ਇਹਨਾਂ ਦੀ ਜਿਹੜੀ ਸਿਹਤ ਵਾ ਅੱਜ ਵੀ 20 ਸਾਲਾਂ ਵਰਗੇ ਨੌਜਵਾਨ ਵਰਗੇ ਇਹਨਾਂ ਦੀ ਉਮਰ 102 ਸਾਲ ਆ ਅਤੇ ਪ੍ਰਭੂ ਦਾ ਪੁੱਤਰ ਆਤਮਾ ਜਿਹੜਾ ਉਹਨੇ ਇਹਨਾਂ ਨੂੰ ਹਰ ਇੱਕ ਰੋਗ ਤੋਂ ਬਚਾਇਆ ਹਰ ਇੱਕ ਬਿਮਾਰੀ ਤੋਂ ਬਚਾਇਆ ਹਰ ਇੱਕ ਆਫਤ ਤੋਂ ਬਚਾਇਆ ਬੜੀਆਂ ਬੜੀਆਂ ਮੁਸੀਬਤਾਂ ਇਹਨਾਂ 'ਤੇ ਆਈਆਂ ਬੜੇ ਲੋਕ ਇਹਨਾਂ ਨੂੰ ਪ੍ਰਭੂ ਦੇ ਪਿਆਰ ਤੋਂ ਦੂਰ ਕਰਦੇ ਰਹੇ ਪਰ ਇਹ ਭਾਈ ਨੇ ਪਰਮੇਸ਼ੁਰ ਦਾ ਪੱਲਾ ਨਹੀਂ ਛੱਡਿਆ ਅਤੇ ਨਾ ਹੀ ਕੋਈ ਦੁਨੀਆਂ ਦੀ ਸ਼ਕਤੀ ਨੂੰ ਪ੍ਰਭੂ ਤੋਂ ਦੂਰ ਕਰ ਸਕਦਾ ਬੋਲੋ ਹਾਲੇਲੂਯਾ ਹਾਲੇਲੂਯਾ ਉਹ ਬਾਣੀ ਜਿਹੜੀ ਆ ਵਚਨ ਕਹਿੰਦਾ ਵਾ ਲੰਬੀ ਉਮਰ ਪਰਮੇਸ਼ੁਰ ਦੇ ਹੱਥ ਵਿੱਚ ਆ ਅਤੇ ਸਿਹਤ ਤੰਦਰੁਸਤੀ ਵੀ ਪ੍ਰਭੂ ਦੇ ਹੱਥ ਵਿੱਚ ਹਾਲੇਲੂਯਾ ਹਾਲੇਲੂਯਾ